ਹੈਲੋ ਜੀ ਸਾਰਿਆਂ ਨੂੰ ਜੀ, ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ। ਕੌਰ ਸੰਧੂ ਬੁਟੀਕ ਐਂਡ ਬਲੌਗ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ, ਅਸੀਂ ਵੀ ਠੀਕ ਠਾਕ ਹਾਂ ਜੀ। ਇਹ ਜਿਹੜਾ ਹੈਗਾ ਸ਼ਾਮ ਦਾ ਟਾਈਮ ਹੈ ਜੀ, ਜਦੋਂ ਮੈਂ ਜਿਹੜਾ ਹੈਗਾ ਬਲੌਗ ਸ਼ੁਰੂ ਕੀਤਾ ਆ। ਹੁਣ ਆਪਣੇ ਬਰੇਤੀ ਲਾ ਕੇ ਗਏ ਨੇ ਵੀਰ, ਜਿਵੇਂ ਆਪਣੇ ਘਰ ਦੇ ਵਿੱਚ ਹੈ ਨਾ ਕੰਮ ਚੱਲ ਰਿਹਾ ਕੋਠੀ ਦੇ ਵਿੱਚ, ਇਹ ਹੁਣ ਵੀਰ ਬਰੇਤੀ ਲਾ ਕੇ ਗਿਆ। ਹੁਣ ਇੱਦੋਂ ਬਾਅਦ ਵਾਜਰੀ ਲੈ ਕੇ ਆਊ। ਦੇਖੋ ਵੀ ਸਵੇਰੇ ਆਉਂਦਾ ਕਿ ਸ਼ਾਮ ਨੂੰ ਆਉਂਦਾ। ਇੱਧਰ ਮੈਂ ਸੂਟ ਕਟਿੰਗ ਕਰ ਰਹੀ ਸੀ ਕਮਰੇ ਦੇ ਵਿੱਚ, ਅਤੇ ਨਾਲ ਦੀ ਨਾਲ ਜਿਹੜਾ ਹੈਗਾ ਕੱਪੜਿਆਂ ਦਾ ਵੀ ਚੱਲੀ ਜਾਂਦਾ। ਦੇਖੋ ਇੱਥੇ ਆ ਫਰਸ਼ ਦੀ ਥੋੜ੍ਹੀ ਜਿਹੀ ਕੰਧ ਜੀ ਲਵਾਈ, ਇੱਧਰ ਪਾਣੀ ਆਉਂਦਾ ਸੀਗਾ, ਇੱਧਰ ਆਪਾਂ ਨੇ ਥੋੜ੍ਹਾ ਜਿਹਾ ਇੱਧਰ ਵੀ ਬਾੜੀ ਗਿਣੀ ਕੱਚਾ ਸੀਗਾ, ਇਹ ਵੀ ਜਿਹੜਾ ਹੈਗਾ ਸੈੱਟ ਕਰਵਾਇਆ। ਟੁੱਟ ਭੱਜ ਜੀ ਖਾਸੀ ਸੀਗੀ ਆਪਣੇ ਘਰ ਕਰਨ ਵਾਲੀ। ਲਓ ਜੀ ਇਹ ਹੈਗੀ ਦੂਸਰੇ ਦਿਨ ਦੀ ਮੋਰਨਿੰਗ ਦੀ ਵੀਡੀਓ। ਆਪਾਂ ਜਿਹੜਾ ਹੈਗਾ ਬਲੌਗ ਕੰਟੀਨਿਊ ਕਰਦੇ ਹਾਂ, ਅਤੇ ਹੁਣ ਇਹ ਵਜਰੀ ਲਾ ਕੇ ਗਏ ਨੇ। ਕੱਲ੍ਹ ਜਿਹੜਾ ਹੈਗਾ ਫਿਰ ਹਨੇਰਾ ਹੋ ਗਿਆ ਸੀਗਾ, ਇੱਕ ਵੀਰ ਕਹਿੰਦਾ ਮੈਂ ਕਿਸੇ ਦੇ ਹੋਰ ਲਾਉਣ ਵੱਗ ਗਿਆ, ਚਲੋ ਆਪਣਾ ਹੁਣ ਕੰਮ ਚੱਲਣਾ ਆ। ਹੁਣ ਜਿਹੜਾ ਹੈਗਾ ਕੰਮ ਚੱਲਣ ਤੋਂ ਪਹਿਲਾਂ ਜਿਹੜਾ ਹੈਗਾ ਲਾਉਣ ਆ ਗਏ, ਬਜਰੀ ਲਾਉਣ ਆਏ ਆ। ਛੋਟੇ ਛੋਟੇ ਕੰਮ ਕਾਫੀ ਸੀਗੇ ਜੀ ਆਪਣੇ ਘਰ ਦੇ ਵਿੱਚ ਕਰਨ ਵਾਲੇ, ਟੁੱਟ ਭੱਜ ਜੀ, ਕਿਉਂਕਿ ਦੇਖਣ 'ਚ ਨਹੀਂ ਆਉਂਦੇ ਹੈਗੇ। ਵੈਸੇ ਜਿਹੜੇ ਹੈਗੇ ਕਰਨ ਵਾਲੇ ਕਾਫੀ ਕੰਮ ਸੀਗੇ, ਚਲੋ ਹੁਣ ਸਾਰੇ ਆਪਾਂ ਕਰ ਲਾਂਗੇ। ਲਓ ਜੀ ਹੁਣ ਲਿਆਂਦੀ ਰੋੜੀ ਕੁੱਟਣ ਵਾਲੀ, ਦੁਰਮਟ ਕਹਿੰਦੇ ਆ ਨਾ, ਮਸ਼ੀਨ ਕਹਿ ਦਿੰਦਾ ਕੋਈ। ਵੈਸੇ ਤਾਂ ਸਾਡੇ ਪਿੰਡ ਦੇ ਵਿੱਚ ਉਹ ਵੀ ਮਿਲਦੀ ਆ, ਉਹਨਾਂ ਦੀ ਜਿਹੜੀ ਹੈਗੀ ਗਈ ਹੋਈ ਸੀਗੀ ਜਿਹੜਾ ਟਾਈਮ 'ਤੇ ਦੱਸਿਆ ਹੈ ਨਾ, ਉਹਦੇ ਕਰਕੇ ਥੋੜ੍ਹੀ ਜਿਹੀ ਪ੍ਰੋਬਲਮ ਆ ਜਾਂਦੀ ਹੈ। ਹੁਣ ਪਤਾ ਨਹੀਂ ਕਿੱਥੋਂ ਲਿਆਂਦੀ, ਕਿੱਥੋਂ ਲਿਆਂਦੀ ਹੈ ਇਹ। ਅੱਛਾ ਨਾਲੇ ਪਹਿਲਾਂ ਕਹਿੰਦੇ ਘਨੌਰੀਓ ਲਿਆ ਕੇ ਆਵਾਂਗੇ, ਰਾਜੋ ਮਾਜਰਿਓ ਲਿਆਉਂਦੀ ਹੈ ਜੀ। ਨਹੀਂ ਸਾਈਡ ਤੋਂ ਨਹੀਂ ਨਿਕਲ ਜੂਗੀ ਜੀ, ਇਹ ਤਾਂ ਰੋੜ ਕੇ ਖੰਡਿਆ ਨਾ। ਚਾੜਨੀ ਇੱਧਰ ਉੱਪਰ ਹੈਗੀ ਕੋਠੀ ਦੇ ਵਿੱਚ, ਜਿਹੜੀ ਸਾਰੀ ਰੋੜੀ ਕੁੱਟਣੀ ਹੈ। ਟਰੈਕਟਰ ਤਾਂ ਹਰਸ ਤੋਂ ਚਾਹੇ ਸਾਰੀ ਦਿਹਾੜੀ ਚਲਾ ਲਓ, ਗੱਡੀਆਂ ਚਲਵਾ ਲਓ, ਕੰਮ ਕਰਨ ਨੂੰ ਨਹੀਂ, ਕੰਮ ਨੂੰ ਬਹੁਤ ਘੱਟ ਹੱਥ ਪਾਉਂਦਾ। ਮਸ਼ੀਨਰੀ ਵਾਲਾ ਕੰਮ ਜਿੰਨਾ ਮਰਜ਼ੀ ਕਰਾ ਲਓ। ਉੱਪਰ ਹੀ ਚਾੜਤੀ ਮੈਂ ਤਾਂ ਕਹਿੰਦੀ ਰੋੜ ਕੇ ਚੜਾ ਲਓ। ਚਲੋ ਉੱਪਰ ਪੈਪ ਚ ਨਾ ਪੈ ਜੇ ਗੋਬਰ ਗੈਸ ਵਾਲੀ ਚ, ਬਚਤ ਰਹੇਗੀ। ਪਹਿਲਾਂ ਪਿਛਲੀ ਵਾਰੀ ਜਦੋਂ ਉੱਪਰ ਟਰੈਕਟਰ ਟਰਾਲੀ ਪਤਾ ਨਹੀਂ ਕੀ ਕਾਰਨ ਨੂੰ ਚਾੜਦੇ, ਤੇ ਆਹ ਪੈਪ ਤੋੜਤਾ ਤੀ, ਆਹ ਗੋਬਰ ਗੈਸ ਵਾਲਾ ਪੈਪ ਜਾਂਦਾ ਇੱਧਰ, ਕੱਚਾ ਹੀ ਪਾਇਆ ਹੋਇਆ। ਫਿਰ ਤਾਂ ਚਲੋ ਉੱਧਰ ਹੀ ਸੈੱਟ ਹੋ ਜਾਣਾ, ਇਹ ਰਸੋਈ ਜਿਹੜੀ ਹੈਗੀ ਇਹਦੇ ਵਿੱਚੋਂ ਪੈਪ ਦਾ ਕੰਮ ਚੱਕਿਆ ਜਾਊਗਾ। ਆਹ ਜਿਹੜਾ ਹੁਣ ਆਪਣਾ ਇੱਧਰ ਰਸੋਈ ਦੇ ਵਿੱਚ ਆਉਂਦਾ ਇਹ ਚੌਲ, ਆਹ ਦੇਖੋ ਇੱਧਰ ਜਿਵੇਂ ਆ ਪੋਰਚ 'ਚ ਰੋੜੀ ਪਾਈ ਹੋਈ ਹੈ, ਜਿੱਥੇ ਜਿੱਥੇ ਮਿਸਤਰੀ ਦਾ ਲੇਬਲ ਕੱਢਿਆ ਹੋਇਆ ਸੀ ਆਹ ਰਹੇਗੀ। ਜਿਹੜਾ ਆਪਣਾ ਬਾਹਰਲਾ ਵਿਹੜਾ ਆ ਗਿਆ ਕੋਠੀ ਵਾਲਾ ਵਿਹੜਾ, ਇੱਥੇ ਵੀ ਪੱਥਰ ਲੱਗਣਾ ਆ, ਇੱਥੇ ਰੋੜੀ ਹਜੇ ਪੈਣ ਵਾਲੀ ਰਹਿੰਦੀ, ਇੱਥੇ ਲੇਬਲ ਵੀ ਕੱਢਣ ਵਾਲਾ ਰਹਿੰਦਾ। ਅੰਦਰ ਸਾਰੇ ਪਈ ਹੋਈ ਆ, ਉੱਪਰ ਤਾਂ ਜਿਹੜੇ ਹੈਗੇ ਨੇ ਸੀਮੈਂਟ ਵੀ ਪੈ ਗਿਆ ਹੈ ਨਾ। ਆਹ ਦੇਖੋ ਇੱਥੇ ਰਲਾ ਰਹੇ ਨੇ, ਇੱਧਰ ਇਹਨਾਂ ਨੇ ਆਪਦਾ ਮਸਾਲਾ ਤਿਆਰ ਕਰਿਆ, ਇੱਧਰ ਟੂਟੀਆਂ ਵਾਲਿਆਂ ਦਾ ਕੰਮ ਚੱਲਦਾ, ਇੱਧਰ ਇਹ ਆਪਦਾ ਰਲਾ ਰਹੇ ਨੇ, ਮਿਸਤਰੀ ਜਿਹੜੇ ਹੈਗੇ ਆ ਗਏ।
ਲੈਣੇ ਉਹਦੇ ਵਿੱਚ ਮੈਂ ਥੋੜ੍ਹੇ ਜਿਹੇ ਪਿਆਜ਼ ਲੈਣੇ ਹੈ ਨਾ ਵੀ ਚੱਲ ਪਿਆਜ਼ ਜ਼ਿਆਦਾ ਕਿਉਂਕਿ ਚੱਲ ਹੁੰਦਾ ਸਰ ਜੂਗਾ ਫਿਰ ਦੇਖਦੇ ਹਾਂ ਇੱਕ ਡੰਗ ਸਰਦੀ ਤੋਂ ਬਹੁਤ ਗਰਮੀ ਇੰਨੀ ਜ਼ਿਆਦਾ ਹੁੰਦੀ ਆ ਕੱਲ੍ਹ ਮੌਸਮ ਠੀਕ ਹੋ ਗਿਆ ਸੀ ਸੀਗਾ ਹੁਣ ਇੱਧਰ ਨਾਲ ਸਬਜ਼ੀ ਲਿਆ ਕੇ ਇੱਧਰ ਦੇਖੋ ਘਿਓ ਆਇਆ ਹੋਇਆ ਇੱਧਰ ਹਿੜਕ ਲਿਆ ਸੀਗਾ ਘਿਓ ਸਾਰਾ ਆਪਣਾ ਪੂਰਾ ਵਧੀਆ ਘਿਓ ਆਇਆ ਹੋਇਆ ਅਤੇ ਹੁਣ ਮੈਂ ਘਿਓ ਵੀ ਕੱਢਣਾ ਆ ਹੁਣ ਤਾਂ ਜਿਹੜਾ ਹੈਗਾ ਜਿਵੇਂ ਮੈਂ ਆਪਣੀ ਲੱਸੀ ਦੇ ਨਾਲ ਮੱਖਣ ਦੇ ਨਾਲ ਚਟਨੀ ਵਗੈਰਾ ਦੇ ਨਾਲ ਕਿਸੇ ਨੇ ਅਚਾਰ ਲੈਣਾ ਉਹਦੇ ਨਾਲ ਰੋਟੀ ਖਾਧੀ ਜਾਵੇ ਦੁਪਹਿਰ ਵਾਸਤੇ ਮੈਂ ਸਬਜ਼ੀ ਬਣਾ ਰਹੀ ਹਾਂ ਜਦੋਂ ਸਾਰੀ ਸਫਾਈ ਕਰਕੇ ਚੱਕ ਤਾਂ ਆਪਣੀ ਇੱਧਰ ਹੋ ਗਈ ਫਿਰ ਜਿਹੜੀਆਂ ਦੋ ਤਿੰਨ ਭਿੰਡੀਆਂ ਮੈਂ ਹੁਣ ਤੋੜ ਕੇ ਰੱਖ ਦੇਵੀ ਆਪਾਂ ਫੇਰ ਬਣਾਉਂਦੇ ਉੱਪਰ ਆਪਣੇ ਲੱਗੇ ਹੋਏ ਪੂਰਾ ਗਾਹ ਪਿਆ ਪਿਆ ਸੀ ਹਾਂਜੀ ਪਲੰਬਰ ਆਏ ਹੋਏ ਨੇ ਹੈ ਨਾ ਜਿਹੜਾ ਹੈਗਾ ਜਿਹੜਾ ਆਪਣੇ ਅੰਦਰ ਕੰਮ ਚੱਲਦਾ ਕੋਠੀ ਦੇ ਵਿੱਚ ਮਿਸਤਰੀ ਨੇ ਮਿਸਤਰੀ ਮਸ਼ੀਨ ਵਾਲੇ ਵੀ ਜਿਹੜੇ ਰੋੜੀ ਕੁੱਟਣਾ ਹੈ ਨਾ ਬਿਜਲੀ ਵਾਲਾ ਉਹਦਾ ਇੰਨਾ ਜ਼ਿਆਦਾ ਖੜਸਾ ਹਾਂ ਮੈਂ ਬੋਲਿਆਂ ਦੇ ਹੋਏ ਪਏ ਹਾਂ ਕੁਰਸੀ ਬਣਾਈ ਜਾਂਦਾ ਉੱਚੀ ਉੱਚੀ ਬੋਲਣਾ ਪੈਂਦਾ ਕਿਉਂਕਿ ਉਹਦਾ ਖੜਸਾ ਬਹੁਤ ਜ਼ਿਆਦਾ ਬੋਲੀ ਤੇਲ ਆਪਣਾ ਗਰਮ ਹੋ ਗਿਆ ਕੁਛ ਮੈਂ ਕੱਲ੍ਹ ਕੱਟ ਲੀਆਂ ਸੀਗੀਆਂ ਘਰੋਂ ਵੀ ਤੋੜ ਲੀਆਂ ਸੀਗੀਆਂ ਹੁਣ ਉੱਧਰ ਮਾੜੀ ਕੰਮ ਚੱਲਦੇ ਕਰਕੇ ਜਿਹੜਾ ਹੈਗਾ ਸਾਰਾ ਭਿੰਡੀਆਂ ਵੀ ਨਹੀਂ ਲੱਗੀਆਂ ਉਸ ਤੋਂ ਬਾਅਦ ਸੁੱਕ ਹੋ ਗਈ ਅਤੇ ਹੁਣ ਪੱਧਰ ਜਿਹਾ ਕਰਕੇ ਪਾਣੀ ਪਾਉਂਦੇ ਹਾਂ ਬਹੁਤ ਵਧੀਆ ਭਿੰਡੀਆਂ ਲੱਗ ਰਹੀਆਂ ਵੈਸੇ ਤਾਂ ਬੱਚਾ ਬਹੁਤ ਜ਼ਿਆਦਾ ਹੋ ਗਏ ਹੁਣ ਦੁਪਹਿਰ ਦੀ ਸਾਰੀ ਤਿਆਰੀ ਕਰਕੇ ਜਿਹੜਾ ਹੈਗਾ ਅਸੀਂ ਘੋਟੇ ਵੀ ਜਾਣਾ ਹੈ ਨਾ ਦਵਾਈ 'ਚ ਕੱਟ ਕੇ ਕਰਤਾ ਤਾਂ ਪਿਆਜ਼ ਵੀ ਪਾ ਲਏ ਪਹਿਲਾਂ ਥੋੜ੍ਹੀਆਂ ਭਿੰਡੀਆਂ ਭੁੰਨ ਲੀਆਂ ਸੀਗੀਆਂ ਹੁਣ ਮੈਂ ਥੋੜ੍ਹਾ ਜਿਹਾ ਸਿਮ 'ਤੇ ਕਰ ਦਿੰਦੀ ਹਾਂ ਕਿਉਂਕਿ ਘਿਓ ਕੱਢਦੀ ਹਾਂ ਮੈਂ ਪਤੀਲੀਆਂ ਵਿੱਚ ਕੱਢ ਲਈਆਂ ਪਹਿਲਾਂ ਮੈਂ ਘਿਓ ਵੀ ਪਤੀਲੀ ਵਿੱਚ ਫਿਰ ਜਿਹੜੇ ਹੈਗੇ ਹੁਣ ਮੱਖਣੀ ਜਦੋਂ ਸਾਰਿਆਂ ਨੇ ਰੋਟੀਆਂ ਮੈਂ ਮੱਖਣ ਖਾ ਲਿਆ ਉਸ ਤੋਂ ਬਾਅਦ ਮੈਂ ਕੀ ਕਰੂੰਗੀ ਸਾਰਾ ਘਿਓ ਗਰਮ ਕਰ ਲਾਂਗੇ ਇਹਦੇ ਵਿੱਚ ਕੁਛ ਗਰਮ ਕਰਿਆ ਹੋਇਆ ਵੀ ਹੈਗਾ ਅਤੇ ਕੁਛ ਜਿਹੜਾ ਹੈਗਾ ਪਹਿਲਾਂ ਦਾ ਮੱਖਣ ਵੀ ਉਵੇਂ ਹੀ ਪਿਆ ਫਰਿੱਜ ਰੱਖ ਦਿੰਦੀ ਹਾਂ ਮੈਂ ਫਿਰ ਬਾਹਰ ਤਾਂ ਨਹੀਂ ਖਟਿਆਈ ਦੀ ਸਮੈਲ ਜਿਹੀ ਆਉਣ ਲੱਗ ਗਈ ਜੀ ਹੁਣ ਜਦੋਂ ਰੋਟੀ ਸਾਰੇ ਖਾ ਲਾਂਗੇ ਨਾਲੇ ਮਿਸਤਰੀਆਂ ਨੂੰ ਲੱਸੀ ਦੇ ਦਾਂਗੇ ਲੱਸੀ ਰੋਜ਼ ਜਿਹੜੀ ਉਹ ਸੋ ਕੇ ਪੀਂਦੇ ਆ ਹੈ ਨਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਖੱਟੀ ਲੱਸੀ ਵਧੀਆ ਲੱਗਦੀ ਹੈ ਮੈਂ ਜਿਹੜਾ ਹੈਗਾ ਹੁਣ ਫਟਾਫਟ ਕੰਮ ਕਰਕੇ ਦੁਪਹਿਰ ਦਾ ਰੋਟੀ ਤੁੱਕ ਤਿਆਰ ਕਰਕੇ ਫਿਰ ਭੋਗ 'ਤੇ ਜਾਣਾ ਰਿਸ਼ਤੇਦਾਰੀ ਦੇ ਵਿੱਚ ਸੰਗਰੂਰ ਭੋਗ 'ਤੇ ਜਾਣਾ ਸਾਡੇ ਮਾਮਾ ਜੀ ਦੀ ਡੈਥ ਹੋ ਗਈ ਸੀਗੀ ਮੰਮੀ ਦੇ ਮਾਸੀ ਦੇ ਬੇਟੇ ਦੀ ਅਤੇ ਮੰਮੀ ਜੀ ਦੇ ਉੱਥੇ ਗਏ ਅਤੇ ਉਹਦੇ ਕਰਕੇ ਹੁਣ ਘਰ ਰਿਸ਼ਤੇਦਾਰੀ ਕਰਕੇ ਮੈਂ ਜਾਊਂਗੀ ਇਕੱਲੀ ਮੈਨੂੰ ਜਿਹੜਾ ਹੈਗਾ ਇੰਨਾ ਨਹੀਂ ਜਾਣਾ ਸੀਗਾ ਚਲੋ ਸਰਦੀ ਦਾ ਵੀ ਫਿਰ ਅੱਛਾ ਆ ਕਿਤੇ ਜਾਏ ਆਏ ਜਦੋਂ ਅੱਜ ਨਹੀਂ ਕਰਦਾ ਹੈ ਨਾ ਸਾਰਿਆਂ ਨੂੰ ਹੁਣ ਦੀ ਰੋਟੀ ਖਵਾ ਕੇ ਦੁਪਹਿਰ ਦੀ ਤਿਆਰੀ ਕਰਕੇ ਫਿਰ ਜਿਹੜਾ ਹੈਗਾ ਜਾਵਾਂਗੇ ਕੱਪੜੇ ਧੋ ਕੇ ਮੈਂ ਕੱਪੜੇ ਕਿਉਂਕਿ ਬੱਦਲ ਗਿਆ ਹੋਇਆ ਸਰਦੀ ਮੈਂ ਕੱਪੜੇ ਧੋ ਕੇ ਸੁੱਕਣੇ ਪਾ ਕੇ ਮੈਂ ਕਿਹਾ ਚਲੋ ਸੁੱਕ ਜਾਣਗੇ ਕਿਉਂਕਿ ਡੇਲੀ ਦੇ ਦੋ ਦੋ ਤਿੰਨ ਤਿੰਨ ਸੂਟ ਹੋ ਜਾਂਦੇ ਨੇ ਕਿਉਂਕਿ ਗਰਮੀ ਹੈ ਜੀ ਗਰਮੀ ਕਰਕੇ ਜਿਹੜਾ ਜਿਹੜਾ ਮੁਰਕੇ ਦਾ ਮੁਸਤ ਜਿਹਾ ਆਉਣ ਲੱਗ ਜਾਂਦਾ ਹੈ ਨਾ ਸਮੈਲ ਵੀ ਆਉਣ ਲੱਗ ਜਾਂਦੀ ਹੈ ਫਿਰ ਆਪਦੇ ਕੱਪੜੇ ਜਦੋਂ ਕਿੰਨੇ ਵਾਰੀ ਨਾ ਆਉਣੇ ਆ ਉਨੇ ਵਾਰੀ ਜਿਹੜੇ ਹੈਗੇ ਨੇ ਕੱਪੜੇ ਵਗਾਉਣੇ ਪਏ ਨੇ ਤਿੰਨ ਤਿੰਨ ਸੂਟ ਵੀ ਹੋ ਜਾਂਦੇ ਹੁੰਦੇ ਹੁੰਦੇ ਸਵੇਰੇ ਨਾ ਕੇ ਲਓ ਜੀ ਆਪਣਾ ਕੋਠੀ ਦੇ ਵਿੱਚ ਦੁਬਾਰਾ ਕੰਮ ਚੱਲ ਪਿਆ ਪਹਿਲਾਂ ਬਾਜਰੀ ਸਮੈਂਟ ਰਲਾ ਕੇ ਸਾਰੇ ਜਿਵੇਂ ਮਿਸਤਰੀ ਡੀ ਬੀ ਸੀ ਪਾਉਂਦੇ ਨੇ ਉਸ ਤਰ੍ਹਾਂ
ਸਾਰੀ ਕੋਠੀ 'ਚ ਪਾਇਆ, ਉੱਪਰ ਵੀ ਥੱਲੇ ਵੀ। ਕਹਿੰਦੇ ਵੀ ਵਿੱਚ ਬੰਦੇ ਨੇ ਸਲਾਹ ਦਿੱਤੀ, ਕਹਿੰਦੇ ਇਹਦੇ ਨਾਲ ਕੰਮ ਮਜ਼ਬੂਤ ਬਣ ਜਾਂਦਾ, ਵੀ ਇਹਦੇ ਉੱਪਰ ਪੱਥਰ ਲਾਇਓ, ਫਿਰ ਜਿਹੜੇ ਦਬਣ ਦੁਬਣ ਦੀ ਥੋੜ੍ਹੀ ਮੋਟੀ ਪ੍ਰੋਬਲਮ ਆਉਂਦੀ ਉਹ ਨਹੀਂ ਆਉਂਦੀ ਹੈਗੀ। ਇਸ ਗੱਲ ਕਰਕੇ ਵੀ ਚਾਹੇ ਖਰਚਾ ਥੋੜ੍ਹਾ ਮੋਟਾ ਵੱਧ ਜੇ ਕੋਈ ਗੱਲ ਨਹੀਂ, ਵੀ ਕੰਮ ਕਿਹੜਾ ਰੋਜ਼ ਰੋਜ਼ ਹੁੰਦੇ ਨੇ। ਚਾਹ ਬਣਾ ਦਿੱਤੀ ਜਸਪ੍ਰੀਤ, ਉਹਨਾਂ ਦੀ ਚਾਹ ਮੰਗਦੇ ਨੇ, ਚਾਹ ਦਿਓ ਉਹਨਾਂ ਨੂੰ। ਭੋਗ ਤੇ ਵੀ ਜਾਣਾ, ਤੁਸੀਂ ਜਾਇਓ। ਚੱਲ ਅੱਜ ਮੈਂ ਤਾਂ ਇਹਨਾਂ ਦੇ ਲਵੇ ਰਹਿਣਾ, ਫਿਰ ਕੰਮ ਕਰਾਂਗਾ। ਕੰਮ ਆਪਣਾ ਚੱਲਦਾ ਜੀ। ਅੱਜ ਸਮੁੰਦਰ ਦਿਖਾਉਣੇ ਆ, ਅੱਜ ਸੁੱਖ ਨਾਲ ਬੰਦੇ 8-10 ਜਾਣੇ ਨੇਗੇ, ਤਾਂ ਕੰਮ ਦੀ ਲਾਈਨ ਬਣੀ ਆ। ਉੱਪਰੋਂ ਦਾ ਗਿਆ ਨਿਬੜ ਸਾਰਾ, ਅਤੇ ਨੀਚੇ ਕੰਮ ਚਲਵਾਇਆ, ਨਾਲ ਦੀਆਂ ਮਸ਼ੀਨ ਚੱਲਦੀ ਆ ਰੋੜੀ ਕੁੱਟਣ ਵਾਲੀ, ਨਾਲ ਦੀ ਨਾਲ ਉਹ ਮਾਲਾ ਦਾ ਭੂਆ ਪਾਈ ਜਾਂਦੇ ਨੇ। ਚਾਹ ਜਿਹੜੀ ਹੈਗੀ ਆਪਣੀ ਬਣ ਗਈ ਜੀ, ਹੁਣ ਮੈਂ ਇਹਨੂੰ ਪੁਣ ਦਿੰਦੀ ਹਾਂ। ਇੱਧਰ ਦੇਖੋ ਸਬਜ਼ੀ ਵੀ ਜਿਹੜੀ ਹੈਗੀ ਬਣ ਗਈ, ਭਿੰਡੀਆਂ ਦੀ, ਇਹਨੂੰ ਆਪਾਂ ਇਸ ਤਰ੍ਹਾਂ ਹੀ ਢੱਕ ਦਿੰਦੇ, ਅਤੇ ਕਿਉਂਕਿ ਦੁਪਹਿਰ ਨੂੰ ਖਾਣੀ ਹੋਈ ਹੈ, ਇੱਦਾਂ ਲੋਂਡੇ ਦੇ ਵਿੱਚ ਹੀ ਰੱਖ ਦਾਂਗੇ। ਉੱਧਰ ਹੁਣ ਮੈਂ ਚਾਹ ਬੁਣ ਕੇ ਦਿੰਦੀ ਹਾਂ ਮਿਸਤਰੀਆਂ ਨੂੰ, ਰੋਟੀ ਵੀ ਬਣ ਗਈ, ਸਾਰੇ ਕੰਮ ਆਪਣੇ ਜਿਹੜੇ ਹੈਗੇ ਕਲੀਅਰ ਹੋ ਗਏ। ਬਸ ਹੁਣ ਮੈਂ ਤਿਆਰ ਹੋਣ ਲੱਗਦੀ ਹਾਂ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ। ਅਗਰ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ। ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ।